अज फाजिलका प्रधान एडवोकेट सुरेंद्र सचदेवा नाल नगर कौंसल की टीम ईओ रजनीश गिरधर एएमई प्रहलाद कुमार हलका इंचार्ज गोल्डी चाम अते चंडीगढ़ तो आए इंजीनियर तो इलावा ब्लाक यूथ कांग्रेस के प्रधान मौजूद रहे। इन्हां वल्लों अज शहर के वक् वक् इतिहासक चौंक घंटाघर स्थानक प्रताप बाग अते अबोर रोड से डॉक्टर बी आर अंबेदकर चौंक का दौरा किया गया अते इन्हां चौंकों नूं शहर का नमूने का चौंक बनाना अते फाजिलका शहर के सुंदरीकरण में चार चंद लाना विधायक दविंदर सिंह घुबाया के सुपने नूं साकार करन लई प्रधान नगर कौंसल एडवोकेट सुरेंद्र सचदेवा ने गलबात दौरान दसिया कि किस तरह विधायक वालों शहर दे एक नंबर का नमूने का शहर बनाने लई पैसे की कमी नहीं आन दित्ती जाएगी अते शहर की तरक्की लई हर कदम चक्किया जा रहा है अते इस सारिया गल्लां का दौरा अपनी टीम नाल वख वख चौंकां दौरान करते हुए प्रधान वालों किया गया। इस दे नाल ही ईओ रजनीश गिरधर ने की कुछ किया इस सब कुछ जानने लई साडे नाल बने रहो अते साडी पूरी कवरेज वेखो। ਪਹਿਲਾਂ ਤਾਂ ਅਸੀਂ ਘੰਟਾਘਰ 'ਤੇ ਗਏ ਸੀਗੇ ਜੀ। ਘੰਟਾਘਰ ਦੀ ਬਿਊਟੀਫਿਕੇਸ਼ਨ ਵਾਸਤੇ ਸਾਰਾ ਉਸਨੂੰ ਚੈੱਕ ਕੀਤਾ, ਉੱਪਰ ਤੱਕ ਗਏ, ਜੋ ਜੋ ਕੰਮ ਹੋਣ ਵਾਲੇ ਉਹਨਾਂ ਨੂੰ ਅਸੀਂ ਨੋਟ ਕੀਤਾ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਦੀਵਾਲੀ ਤੋਂ ਪਹਿਲਾਂ ਅਸੀਂ ਸ਼ਹਿਰ ਵਿੱਚ ਲਾਈਟਾਂ ਲਗਾਈਆਂ ਸੀ ਔਰ ਅਸੀਂ ਇਹ ਵਾਅਦਾ ਕੀਤਾ ਸੀ ਕਿ ਪੂਰੇ ਸ਼ਹਿਰ ਨੂੰ ਬਹੁਤ ਜ਼ਿਆਦਾ ਸੁੰਦਰ ਬਣਾਉਣਾ ਹੈ, ਕਿਉਂਕਿ ਸਾਡੇ MLA ਸਾਹਿਬ ਰਵਿੰਦਰ ਘੁਬਾਇਆ ਜੀ ਉਹਨਾਂ ਦੀ ਇੱਕ ਇੱਛਾ ਹੈ, ਉਹਨਾਂ ਦਾ ਸੁਪਨਾ ਹੈ ਕਿ ਫਾਜ਼ਿਲਕਾ ਬਹੁਤ ਖੂਬਸੂਰਤ ਬਣੇ। ਉਸ ਦਿਸ਼ਾ ਦੇ ਵਿੱਚ ਅਸੀਂ ਅੱਗੇ ਵਧਦੇ ਹੋਏ ਅੱਜ ਘੰਟਾਘਰ 'ਤੇ ਗਏ ਹਾਂ ਔਰ ਸਾਡੇ ਨਾਲ ਇੰਜੀਨੀਅਰ ਵੀ ਸੀਗੇ, ਮਿਊਨਸਪਲ ਕਮੇਟੀ ਦਾ ਸਟਾਫ ਵੀ ਸੀ। ਅਸੀਂ ਉਹ RGB ਲਾਈਟਾਂ ਦੇ ਨਾਲ ਜਿਹੜਾ ਉਸਦੀ ਖੂਬਸੂਰਤੀ ਵਧਾ ਰਹੇ ਹਾਂ, ਜੋ ਸਿਵਲ ਵਰਕ ਕਰਨ ਵਾਲਾ ਹੈ ਉਹ ਵੀ ਅਸੀਂ ਸਟਾਰਟ ਕਰ ਰਹੇ ਹਾਂ ਔਰ ਕੁਝ ਦਿਨਾਂ ਦੇ ਵਿੱਚ ਜਿਹੜਾ ਕੰਮ ਸਟਾਰਟ ਹੋ ਜਾਏਗਾ। ਹੁਣ ਅਸੀਂ ਇਸ ਵਕਤ ਅਬੋਹਰ ਫਾਜ਼ਿਲਕਾ ਰੋਡ ਹਾਈਵੇ ਦੇ ਉੱਪਰ ਖੜ੍ਹੇ ਹਾਂ, ਜਿੱਥੇ ਅਸੀਂ ਜਦੋਂ ਨਗਰ ਕੌਂਸਲ ਬਣੀ ਸੀ ਪਹਿਲਾ ਮਤਾ ਇਹ ਪਾਇਆ ਗਿਆ ਸੀ ਕਿ ਅਸੀਂ ਫਾਜ਼ਿਲਕਾ ਦੇ ਵਿੱਚ 30 ਮੀਟਰ ਉੱਚਾ ਨੈਸ਼ਨਲ ਫਲੈਗ ਇੰਸਟਾਲ ਕਰਨਾ ਹੈ, ਉਸਨੂੰ ਅਮਲੀ ਜਾਮਾ ਪਹਿਨਾਉਣ ਦੇ ਵਾਸਤੇ ਅਸੀਂ ਅਜੇ ਪਹੁੰਚੇ ਹਾਂ ਔਰ ਪੁਆਇੰਟ ਅਸੀਂ ਅਜੇ ਸਿਲੈਕਟ ਕੀਤਾ ਅੰਬੇਦਕਰ ਪਾਰਕ ਦੇ ਵਿੱਚ ਅਸੀਂ ਇਸ ਨੂੰ ਇੰਸਟਾਲ ਕਰਨ ਦਾ ਵਿਚਾਰ ਕਰ ਰਹੇ ਹਾਂ। ਉਸ ਦੇ ਵਾਸਤੇ ਜੋ ਵੀ ਪੇਪਰ ਫਾਰਮੈਲਿਟੀ ਹੈ ਹੋਮ ਮਿਨਿਸਟਰੀ ਤੋਂ ਜਾਂ ਜਿਹੜੇ ਵੀ ਕੰਸਰਨਿੰਗ ਡਿਪਾਰਟਮੈਂਟ ਨੇ ਉਹਨਾਂ ਤੋਂ ਲੈ ਕੇ ਅਸੀਂ ਇੱਕ ਹਫ਼ਤੇ ਦੇ ਵਿੱਚ ਜਿਹੜਾ ਕੰਮ ਖਤਮ ਹੋਣ ਤੱਕ ਕਿੰਨਾ ਸਮਾਂ ਲੱਗੂਗਾ ਅਤੇ ਕਿੰਨਾ ਖਰਚਾ ਆਏਗਾ ਜੀ? ਸ਼ੁਰੂ ਹੋਣ ਤੋਂ ਬਾਅਦ ਮੈਂ ਸਮਝਦਾ ਜ਼ਿਆਦਾ ਜ਼ਿਆਦਾ ਇਹ 1 ਮਹੀਨੇ ਦਾ ਕੰਮ ਹੈ ਜੀ, ਸਾਰੇ ਕੰਮਾਂ ਵਾਸਤੇ 1 ਮਹੀਨਾ ਲੱਗੇਗਾ। ਜਿਵੇਂ ਪ੍ਰਧਾਨ ਜੀ ਨੇ ਦੱਸਿਆ ਵੀ ਉਹ ਰੋਡ ਤੇ ਅੰਬੇਦਕਰ ਪਾਰਕ ਵਿੱਚ ਨੈਸ਼ਨਲ ਫਲੈਗ ਲਗਾਇਆ ਜਾ ਰਿਹਾ ਜੀ, ਨੈਸ਼ਨਲ ਫਲੈਗ ਨੂੰ ਲਾਉਣ ਵਾਸਤੇ ਜੋ ਡਾਕੂਮੈਂਟਸ ਹੁੰਦੇ ਜਾਂ ਜੋ ਉਹਦਾ ਸਤਿਕਾਰ ਹੁੰਦਾ ਉਹ ਨਗਰ ਕੌਂਸਲ ਵੱਲੋਂ ਕਿਵੇਂ ਕਿਵੇਂ ਸ਼ਰਤਾਂ ਮੰਨੀਆਂ ਜਾ ਰਹੀਆਂ ਜਾਂ ਕੀ ਰੱਖਿਆ ਜਾ ਰਿਹਾ? ਸਾਡੀ ਸ਼ਾਨ ਤਿਰੰਗਾ ਇਹਦੇ ਲਈ ਅਸੀਂ ਜੋ ਵੀ ਗਵਰਨਮੈਂਟ ਆਫ ਇੰਡੀਆ ਵੱਲੋਂ ਪ੍ਰੋਟੋਕਾਲ ਹੋਏਗਾ ਉਹਨੂੰ ਪੂਰਾ ਫਾਲੋ ਕਰਾਂਗੇ। ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਤੋਂ ਜੋ ਵੀ ਸਾਨੂੰ ਮਨਜ਼ੂਰੀ ਦੀ ਲੋੜ ਹੋਏਗੀ, ਜੋ ਪ੍ਰੋਟੋਕਾਲ ਦੀ ਜ਼ਰੂਰਤ ਹੋਵੇਗੀ ਅਸੀਂ ਉਹ ਪੂਰਾ ਫਾਲੋ ਕਰਕੇ ਬਹੁਤ ਹੀ ਅਦਬ ਅਤੇ ਸਤਿਕਾਰ ਦੇ ਨਾਲ ਅਸੀਂ ਤਿਰੰਗੇ ਦੀ ਨੂੰ ਅਸੀਂ ਇੱਥੇ ਸਥਾਪਿਤ ਕਰਾਂਗੇ, ਜੋ ਫਾਜ਼ਿਲਕਾ ਸ਼ਹਿਰ ਨਿਵਾਸੀਆਂ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਮਾਣ ਵਾਲੀ ਗੱਲ ਹੈ। ਇਸ ਤੋਂ ਇਲਾਵਾ ਨਗਰ ਕੌਂਸਲ ਨੂੰ ਇੱਕ ਮਤਾ ਆਈ ਲਵ ਫਾਜ਼ਿਲਕਾ ਦਾ ਕੀਤਾ ਗਿਆ ਸੀ, ਲੋਗੋ ਲਗਾਉਣ ਦਾ ਜੀ, ਉਹ ਕਦੋਂ ਕੀਤਾ ਜਾਏਗਾ ਅਤੇ ਕਿਹੜੀ ਜਗ੍ਹਾ ਕੋਈ ਕੀਤੀ ਗਈ? ਅੱਜ ਅਸੀਂ ਸਾਡੀ ਨਗਰ ਕੌਂਸਲ ਫਾਜ਼ਿਲਕਾ ਦੀ ਟੀਮ ਮਾਨਯੋਗ ਪ੍ਰਧਾਨ ਜੀ ਸਾਡੇ ਸੁਰਿੰਦਰ ਸਚਦੇਵਾ ਜੀ ਇਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਨਿਕਲੇ ਹਾਂ ਸ਼ਹਿਰ ਦੇ ਵਿੱਚ। ਸਾਡੇ ਕੋਲ ਚੰਡੀਗੜ੍ਹ ਤੋਂ ਇੰਜੀਨੀਅਰ ਹੈ, ਸਾਡੇ ਨਾਲ ਗੋਲਡੀ ਝਾਮ ਜੀ ਹੈ, ਬਲਦੇਵ ਜੀ ਹੈ, AME ਸਾਹਿਬ ਅਤੇ ਹੋਰ ਸਾਡੀ ਜਿਹੜੀ ਟੀਮ ਹੈ ਉਹ ਸਾਡੇ ਨਾਲ। ਅਸੀਂ ਵੱਖ ਵੱਖ ਥਾਵਾਂ 'ਤੇ ਜਿਹੜੇ ਮੌਕੇ ਵੇਖ ਰਹੇ ਹਾਂ, ਬਹੁਤ ਜਲਦੀ ਜਿਹੜਾ ਅਸੀਂ ਫਲੈਗ ਨੈਸ਼ਨਲ ਫਲੈਗ ਲਗਾਉਣਾ ਹੈ, ਇਸ ਤੋਂ ਇਲਾਵਾ ਜੋ ਲੋਗੋ ਹੈ ਉਹ ਵਾਲਾ, ਇਸ ਤੋਂ ਇਲਾਵਾ ਅਸੀਂ ਫਾਜ਼ਿਲਕਾ ਦੀ ਜਿਹੜੀ ਸ਼ਾਨ ਹੈ ਘੰਟਾਘਰ ਹੈ, ਘੰਟਾਘਰ ਦੀ ਰੈਨੋਵੇਸ਼ਨ ਦਾ ਕੰਮ ਹੈ, ਇਹ ਤਿੰਨੇ ਕੰਮ ਬਹੁਤ ਜਲਦੀ ਸ਼ੁਰੂ ਕਰਕੇ ਅਤੇ ਬਹੁਤ ਜਲਦੀ ਖਤਮ ਕਰਕੇ। ਇੱਥੇ ਤਿਰੰਗਾ ਲੱਗਣ ਦਾ ਨਾਂ ਇੱਕ ਸ਼੍ਰੀ ਅੰਬੇਦਕਰ ਜੀ ਦੀ ਮੂਰਤੀ ਹੈ, ਕੀ ਉਸ ਦਾ ਵੀ ਸੁੰਦਰੀਕਰਨ ਕੀਤਾ ਜਾਏਗਾ ਜੀ? ਬਿਲਕੁਲ, ਅਸੀਂ ਅੰਬੇਦਕਰ ਜੀ ਦੇ
सत्कार दे विच अभी इन्दे नाल जो मूर्ति लगी है उत्थे असीं लाइटां दा जो भी इत्थे साडे तो वधिया सुंदर बनाउण वास्ते जो होएगा असीं इह तिरंगे दे नाल असीं उही करांगे। एबीएन न्यूज चैनल देखने वाले सभी दर्शकों से हम अपील करते हैं कि एबीएन न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद, जय भारत।